ਔਕੜੇ ਤੇਰਾ ਔਜਲਾ ਸ਼ਕੀਨ ਗੀਤਾਂ ਦੀ ਮਸ਼ੀਨ। ਸੋ ਹੈਲੋ ਗਾਈਜ਼, ਯਾਰ ਅੱਜ ਅਸੀਂ ਗੱਲ ਕਰਨ ਜਾ ਰਹੇ ਕਰਨ ਔਜਲਾ ਬਾਰੇ। ਸੋ ਗਾਈਜ਼, ਕਰਨ ਔਜਲੇ ਨੂੰ ਤਾਂ ਕੌਣ ਨਹੀਂ ਜਾਣਦਾ ਹੋਗਾ, ਗੀਤਾਂ ਦੀ ਮਸ਼ੀਨ, ਯੂ ਨੋ ਵਟ ਆ ਮੀਨ। ਸੋ ਗਾਈਜ਼, ਉਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ। ਸੋ ਗਾਈਜ਼, ਉਹਦੀ ਬਾਇਓਗ੍ਰਾਫੀ ਬਾਰੇ ਗੱਲ ਕਰਨਾ। ਸੋ ਗਾਈਜ਼, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕਰਨ ਔਜਲੇ ਦੇ ਬੋਰਨ ਬਾਰੇ। ਸੋ ਗਾਈਜ਼, ਕਰਨ ਔਜਲੇ ਦਾ ਜਨਮ 18 ਜਨਵਰੀ 1997 ਨੂੰ ਵਿਲੇਜ ਕਰਾਲਾ ਲੁਧਿਆਣਾ ਪੰਜਾਬ ਵਿੱਚ ਹੋਇਆ। ਸੋ ਗਾਈਜ਼, ਛੋਟੀ ਉਮਰ ਵਿੱਚ ਹੀ ਉਹਨਾਂ ਦੇ ਮੰਮ ਡੈਡੀ ਦੀ ਡੈਥ ਹੋ ਗਈ, ਜਿਹਦੇ ਬਾਅਦ ਉਹਨੇ ਚਾਚੇ ਨੇ ਪਾਲਿਆ। ਐਕਸੀਡੈਂਟ ਹੋ ਗਿਆ ਸੀਗਾ ਜੀ ਮਲਸੀਆਂ ਸ਼ਾਹਕੋਟ ਦੇ ਕੋਲ। ਮੇਰੇ ਚਾਚਾ ਜੀ ਨੂੰ ਮਿਲ ਕੇ ਆ ਰਹੇ ਸੀਗੇ ਉਹ, ਅਤੇ ਆਉਂਦੇ ਹੋਏ 2 ਜਣੇ ਸੀਗੇ, ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਬੱਸ ਨਾਲ, ਅਤੇ ਉਦੋਂ ਉਹਨਾਂ ਦੀ ਡੈਥ ਹੋ ਗਈ। ਅਤੇ ਉਹ ਤੋਂ ਬਾਅਦ 2011 'ਚ ਮੇਰੀ ਮੋਮ ਦੀ ਕੈਂਸਰ ਨਾਲ ਡੈਥ ਹੋ ਗਈ ਸੀ ਬਾਈ। ਪਰ ਜਦੋਂ ਪਤਾ ਹੋਵੇ ਨਾ ਬਾਈ ਵੀ ਤੁਹਾਡੇ ਨਾਲ ਆਹ ਹੋਣਾ ਹੈ, ਤਾਂ ਉਹ ਚੀਜ਼ ਸਾਡੀ ਸਹਿਣੀ ਬਹੁਤ ਔਖੀ ਲੱਗਦੀ ਹੈ। ਤੁਹਾਨੂੰ ਪਤਾ ਵੀ 8 ਮਹੀਨੇ ਦੇ ਵਿੱਚ ਤੁਹਾਡੇ ਕੋਲ ਆਉਣਾ ਨਹੀਂ ਹੈਗਾ, ਇੱਕ ਬੰਦਾ ਆਲਰੇਡੀ ਚਲੇ ਗਿਆ, ਅਤੇ 8 ਮਹੀਨੇ ਹੁਣ ਤੁਹਾਡੀ ਮਾਂ ਨੇ ਚਲੇ ਜਾਣਾ, ਤਾਂ ਉਹ ਚੀਜ਼ਾਂ ਸਪੈਸ਼ਲੀ ਜਦੋਂ ਤੁਸੀਂ 10-11 ਸਾਲ ਦੇ ਹੋਵੋ ਨਾ, ਤੁਹਾਡੀ ਸਹਿਣੀਆਂ ਬਹੁਤ ਔਖੀਆਂ ਲੱਗਦੀਆਂ ਗੱਲਾਂ ਬਾਈ। ਥੋੜ੍ਹਾ ਟਾਈਮ ਹੋਰ ਮਿਲ ਜਾਂਦਾ ਨਾ, ਮੈਂ ਬਹੁਤ ਖੁਸ਼ ਸੀਗਾ ਬਾਈ। ਛੋਟਾ ਸੀਗਾ ਬੜਾ, ਬੜਾ ਸ਼ਕਲਾਂ ਹੀ ਬੋਲਦੀਆਂ ਜਾਂਦੀਆਂ ਹੁਣ ਤਾਂ ਯਾਰ। You know, ਜਦੋਂ ਕਹਿੰਦੇ ਹੁੰਦੇ ਵੀ ਪੇਰੈਂਟਸ ਚਲੇ ਗਏ ਤੁਹਾਡੇ, ਹਨਾ, ਉਹਨਾਂ ਦੀ ਡੈਥ ਹੋ ਗਈ, ਦੇਅਰ ਲਾਈਕ ਹੈ ਨੀ ਗਏ, ਤੁਸੀਂ ਮੁੜ ਕੇ ਦੇਖਦੇ ਹੋ, ਓਕੇ ਫਾਈਨ, ਫਲਾਣੇ ਦੀ ਫੈਮਿਲੀ ਆ, ਫਲਾਣੇ ਦੇ ਮੋਮ ਡੈਡ ਨੇ, ਸਾਡੇ ਹੈ ਨੀ ਗਏ। ਪਰ ਕਰਨ, ਜਦੋਂ ਹੁਣ ਤੂੰ ਏਡਾ ਵੱਡਾ ਹੋ ਗਿਆ, ਤੂੰ ਮੇਰੇ ਘਰ ਆਉਣਾ ਹਰ ਤਿਹਾਰ ਤੇ, ਹਰ ਕਿਤੇ ਮੈਨੂੰ ਕਸਮ ਲੱਗੇ ਕਰਨ, ਮੈਨੂੰ ਲੱਗਦਾ ਨਾ ਵੀ ਮੇਰੇ ਮਾਂ ਪਿਓ ਨਾਲ ਆ ਗਏ, ਮੈਨੂੰ ਐਵੇਂ ਲੱਗਦਾ ਵੀ ਯੂ ਨੋ ਨਾਓ ਮਾਈ ਡੈਡ ਇਜ਼ ਦੇਅਰ, ਮਾਈ ਮੋਮ ਇਜ਼ ਲਾਈਕ, ਹਨਾ, ਬਿਕੋਜ਼ ਪਲਕ ਤੇ ਕਰਨ ਬੋਥ ਆਫ ਯੂ ਲਾਈਕ, ਤੁਸੀਂ ਬਹੁਤ ਸਾਡੇ ਘਰ, ਜਿੱਥੇ ਸਾਡੇ ਮਾਂ ਪਿਓ ਨੇ ਖੜਨਾ ਉੱਥੇ ਦੋਨੇ ਖੜ, ਦੋਨੇ ਖੜਦੇ ਆ। ਪਰ ਮਾਂ ਵੀ ਜਿੱਦਾਂ ਮਰਦੇ ਮਰਦੇ ਇੱਦਾਂ ਗਏ ਸੀ, ਮੇਰੇ ਪੁੱਤ ਦਾ ਕੀ ਹੋਊਗਾ ਬਾਈ। ਸੋ ਯਾ, ਉਹਨਾਂ ਨੂੰ ਬਹੁਤ ਫਿਕਰ ਸੀ ਲਾਈਕ ਉਸ ਟਾਈਮ, ਹਨਾ, ਪਰ ਉਹਨੇ ਪੁੱਛਣਾ ਜਾ ਕੇ ਵੀ ਤੂੰ ਕੀ ਲਿਖ ਜਾਂਦਾ, ਕਹਿੰਦਾ ਨਹੀਂ ਆਂਟੀ ਇਹ ਤਾਂ ਤੁਹਾਨੂੰ ਬਾਅਦ ਚ ਪਤਾ ਲੱਗੂਗਾ। ਉਦਾਂ ਹੀ ਗਾਣੇ ਪਾਉਂਦੇ ਸੀ, ਮੈਂ ਉਹੀ ਲਿਖ ਕੇ ਲੈ ਜਾਣਾ ਵੀ ਮੈਂ ਲਿਖਿਆ, ਤੇ ਜਾ ਕੇ ਮਾੜਾ ਮੋਟਾ ਝੂਠ ਬੋਲ ਦੇਣਾ। ਤੇ ਇੱਕ ਦਿਨ ਮੈਂ ਫੜਿਆ ਗਿਆ ਉੱਥੇ, ਕਹਿੰਦਾ ਯਾਰ ਆਹ ਗਾਣਾ ਮੈਂ ਸੁਣਿਆ ਵੀ ਉਹੀ ਛੱਡੀ ਜਾਂਦਾ, ਮੇਰੀ ਬਹੁਤ ਬੇਇੱਜ਼ਤੀ ਉਦਣ। ਫਿਰ ਉਦਣ ਮੈਂ ਲਾ ਲਿਆ ਸਾਹਿਬ, ਮੈਂ ਕਿਹਾ ਵੀ ਟਰਾਈ ਕਰ ਲੈਂਦੇ ਲਿਖਣ ਦੀ। ਤੇ ਉਹ ਤੋਂ ਬਾਅਦ ਮੈਂ 1-2 ਗਾਣੇ ਲਿਖੇ, ਤੇ ਪਹਿਲਾਂ ਮੈਂ ਦੱਸੀ ਜਾਂਦਾ ਹੁੰਦਾ ਸੀਗਾ ਨਾਲ ਦੇ ਫਰੈਂਡ ਨੂੰ ਮੈਂ ਲਿਖਿਆ, ਕੋਈ ਮੰਨਦਾ ਤਾਂ ਹੁੰਦਾ ਨਹੀਂ ਸੀਗਾ। ਫਿਰ ਪਹਿਲੀ ਵਾਰੀ ਗਾਣਾ ਦਿੱਤਾ ਸੀਗਾ ਜੱਸੀ ਬਾਈ ਨੂੰ, ਉਦੋਂ ਪਤਾ ਲੱਗ ਗਿਆ ਸੀ ਕਰਾਲੇ ਵਾਲਾ ਕਰਦਾ ਐਸੀਆਂ ਨੇ ਲੈਣਾ ਕੀ ਆ ਬਣ ਕੇ ਕਮਾਊ, ਉਹ ਸੁਰਗਾਂ 'ਚ ਪੈਰ ਹੁਣ ਪੈ ਗਏ ਜੱਟ ਦੇ ਨਹੀਂ ਦੇਖੀ ਰੱਬ ਬਿਨਾ ਕਿਹੜਾ ਥੱਲੇ ਲਾਊ, ਗਾਣੇ ਕੀਤੇ ਆ। ਅਸੀਂ ਤਾਂ ਕਹਿੰਦੇ ਵੀ ਤੁਹਾਡਾ ਵਧੀਆ ਕੰਮ ਚੱਲਿਆ, ਤੁਸੀਂ ਚਲਾਓ ਰਾਈਟ, ਤੁਸੀਂ ਐਵੇਂ ਸਟੇਜਾਂ ਜਾ ਕੇ ਥਾਪੀਆਂ ਮਾਰਦੇ ਹੋ, ਤੁਸੀਂ ਲੋਕਾਂ ਨੂੰ ਕਹਿੰਦੇ ਹਾਂ ਤੁਸੀਂ ਗਾਓ ਵੀਰੇ, ਤੁਸੀਂ ਐਂਟਰਟੇਨ ਕਰੋ ਲੋਕਾਂ ਨੂੰ ਰਾਈਟ। ਹੁਣ ਲੋਕ ਕਹਿੰਦੇ ਵੀ ਤੁਸੀਂ ਜਵਾਬ ਦਿੱਤਾ ਪਹਿਲਾਂ, ਹੁਣ ਇਹਦਾ ਵੀਰੇ ਮੈਂ ਮੇਰਾ ਕੰਮ ਲਿਖਣਾ, ਤੇ ਜਿਹੜੇ ਗਾਣੇ ਤੇ ਉਹਨੇ ਕਿਹਾ ਵੀ ਵੀ ਮੈਨੂੰ ਇੱਦਾਂ ਕਿਹਾ ਜਾਂ ਉੱਦਾਂ ਕਿਹਾ, ਉਹਦਾ ਗਾਣਾ ਮੈਂ ਲਿਖਿਆ ਵੀ ਨਹੀਂ ਸੀ ਪਹਿਲੀ ਗੱਲ ਤਾਂ ਰਾਈਟ। ਇੱਦਾਂ ਹੁਣ ਐਂ ਹੋ ਗਿਆ ਵੀ ਬਿਨਾਂ ਗੱਲੋਂ ਜਾ ਕੇ ਵੀ ਮੋਦੀ ਲੜਾਈ ਲੈਣੀ, ਤੇ ਹੁਣ ਗਾਣੇ ਹੁਣ ਮੈਂ ਵੀ ਕਾਹਨੂੰ ਜੀ ਇੱਥੇ ਬਹਿ ਗਿਆ। ਸਾਰੇ ਜਿਹੜੇ ਹਵਾ ਵਿੱਚ ਉੱਠਦੇ ਲੜਾ ਨਾਲ ਰਹਾਂ ਜੱਟ ਧਰਤੀ ਤੇ ਗੁੱਟ ਨੇ ਯਾਰ, ਸਾਰੇ ਬੰਬ ਨੇ ਬੰਦੇ ਬੰਦੇ ਚੰਬ ਨੇ, ਚੌਂਕੀ ਜੂੜਾਰੀਆਂ ਦੇ ਕੱਟ ਦਿੰਦੇ ਸਿਰਾਂ ਤੇ ਮਾਰੀਆਂ ਨੀ ਥਾਪੀਆਂ, ਸੁੱਚੀਆਂ ਨੇ ਨੀਤਾਂ ਕੀਤੀਆਂ ਨੀ ਕਾਪੀਆਂ, ਗੈਰਾਂ ਨੇ ਸਿਰਾਂ ਤੇ ਮਾਰੀਆਂ ਨੀ ਥਾਪੀਆਂ, ਸੁੱਚੀਆਂ ਨੇ ਨੀਤਾਂ ਕੀਤੀਆਂ ਨੀ ਕਾਪੀਆਂ, ਉਹ ਤੇਰੇ ਜਿਹੀਆਂ ਬਾਲੀਆਂ ਨੂੰ ਕਿੱਥੇ ਗੋਲਦੇ, ਉਹ ਤੇਰੇ ਜਿਹੀਆਂ ਬਾਲੀਆਂ ਨੂੰ ਕਿੱਥੇ ਗੋਲਦੇ, ਹੌਸਲੇ ਉਹ ਜਿੰਨਾ ਦੇ ਸ਼ਤੀਰ ਹੁੰਦੇ ਨੇ, ਆਓ ਸਾਡਾ ਇਹੀ ਲਾਈਫ ਸਟਾਈਲ ਅਲੜੇ, ਅੱਜ ਕੱਲ੍ਹ ਦੇ ਜਿਹੜੇ ਸਿੰਗਰ ਨੇ ਨਾ, ਜੇ ਆਪਣੀ ਇੰਡਸਟਰੀ 25 ਸਿੰਗਰ ਨੇ ਤਾਂ ਉਹਨਾਂ 'ਚੋਂ 24 ਨੂੰ ਗਵਾਉਣ ਵਾਲਾ ਇਹ ਬੰਦਾ, ਇਹਦੇ ਨਾਮ 'ਤੇ ਕਰੀ ਤਾੜੀ ਮਾਰੋ। ਅਤੇ ਮੇਰਾ ਭਰਾ ਇਹ ਸਾਡੇ ਨਾਲ ਆਲਵੇਜ਼ ਰਹੂਗਾ ਹੁਣ, ਅਤੇ ਇਹਦੇ ਗਾਣੇ ਅਸੀਂ ਕਰ ਰਹੇ ਹਾਂ ਬੈਕ ਟੂ ਬੈਕ, ਅਤੇ ਇੰਨਾ ਕੁ ਟੈਲੈਂਟ ਹੈ, ਮੈਂ ਕਹਿੰਦਾ ਮੈਨੂੰ ਵੀ ਮਿੱਥ ਕੇ ਲੰਘ ਜੂਗਾ ਇੱਕ ਦਿਨ। ਔਜਲਾ ਨੀ ਔਜਲਾ, ਸੱਚੀ ਦੱਸਾਂ ਫਕਰਾ,
ਸ਼ੌਕ ਸ਼ੌਕ ਸਾਰੇ ਪੂਰੇ ਠੋਕ ਠੋਕ ਕਰਦਾ ਮੈਨੂੰ ਸਾਰੇ ਕਿਤੋਂ ਰੋਕ ਟੋਕ ਕਰਦਾ ਗੱਲਾਂ ਨਾਲ ਸੁਪਨੇ ਦਿਖਾਉਣਾ ਏ ਪਿੱਛੋਂ ਆਖ ਦਿੰਦਾ ਮੈਂ ਤਾਂ ਚੋਕ ਕਰਦਾ ਸੁਣੇ ਸੁਣੇ ਲੱਗਦੇ ਆ ਪੈਰ ਮੈਂ ਜੀ ਦੱਸ ਦੇਣਾ ਚਾਹੁੰਦਾ ਮੇਰੀ ਸਹੇਲੀ ਹੈਗੀ ਆ ਤੇ ਇਹਨਾਂ ਦਾ ਵਿਆਹ ਹੋਣ ਲੱਗਿਆ ਛੇਤੀ ਪਰ ਮੇਰੀ ਹੈਗੀ ਆ ਜਿੱਤਣ ਦੀ ਦਿਸਗੀ ਤੂੰ ਸਾਰੀਆਂ ਨੇ ਛੱਡਿਆ ਸੋ ਗਾਇਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਨੂੰ ਪ੍ਰੈਸ